ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਹਿਬ ਕਮਾਲ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਜੋੜ ਮੇਲ ਦਿੱਲੀ ਦੇ ਮਾਤਾ ਸੁੰਦਰੀ ਗੁਰਦੁਆਰਾ ਸਾਹਿਬ ਵਿੱਚ ਮਨਾਇਆ ਗਿਆ। ਇਸ ਮੌਕੇ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਹਰਮੀਤ ਸਿੰਘ ਕਾਲਕਾ, ਬੀਬੀ ਰਣਜੀਤ ਕੌਰ ਅਤੇ ਦਿੱਲੀ ਦੇ ਭਾਜਪਾ ਪ੍ਰਧਾਨ ਮਨੋਜ ਤਿਵਾੜੀ ਨੇ ਸ਼ਿਰਕਤ ਕੀਤੀ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਗੁਰਦੁਆਰਾ ਮਾਤਾ ਸੁੰਦਰੀ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਦਾ ਇਹ ਬਹੁਤ ਵੱਡਾ ਪਵਿੱਤਰ ਉਹ ਸਾਕਾ ਜੋ ਦੁਨੀਆ ਦੇ ਅੰਦਰ ਇੱਕ ਲਾਸਾਨੀ ਸ਼ਹਾਦਤ ਦਾ ਸਾਕਾ ਹੈ, ਜਿਸ ਦੇ ਅੰਦਰ ਇਤਨੀ ਛੋਟੀ ਉਮਰ ਦੇ ਅੰਦਰ ਕਿਸੇ ਈਨ ਨੂੰ ਨਾ ਮੰਨਦੇ ਹੋਏ ਜ਼ੋਰ ਔਰ ਜ਼ੁਲਮ ਦੇ ਖਿਲਾਫ ਛੋਟੇ ਸਾਹਿਬਜ਼ਾਦੇ ਨੇ ਆਪਣੀ ਸ਼ਹਾਦਤ ਦਿੱਤੀ ਔਰ ਜਿੰਦਿਆਂ ਨੀਹਾਂ 'ਚ ਚਿਣ ਦਿੱਤਾ ਗਿਆ। ਅੱਜ ਸਾਰੀ ਦੇਸ਼ ਔਰ ਦੁਨੀਆ ਇਹਦੀ ਲਾਸਾਨੀ ਸ਼ਹਾਦਤ ਦੇ ਚਰਨਾਂ 'ਚ ਆਪਣਾ ਸੀਸ ਅਰਪਿਤ ਕਰਦੀ ਆ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਅੱਜ ਦੇ ਵੱਡੇ ਸਮਾਗਮ ਗੁਰਦੁਆਰਾ ਮਾਤਾ ਸੁੰਦਰੀ ਸਾਹਿਬ ਵਿਖੇ ਕੀਤੇ ਆ। ਅਸੀਂ ਉਮੀਦ ਕਰਦੇ ਹਾਂ ਕਿ ਸੰਗਤ ਦੇ ਮਾਧਿਅਮ ਤੋਂ ਦੁਨੀਆ ਤੱਕ ਇਸ ਲਾਸਾਨੀ ਸ਼ਹਾਦਤ ਨੂੰ ਅਸੀਂ ਪਹੁੰਚਾ ਸਕੀਏ ਔਰ ਘਰ ਘਰ ਨੂੰ ਦੱਸ ਸਕੀਏ ਕਿਤਨਾ ਅਸੀਂ ਸਭ ਕਰਜ਼ਦਾਰ ਹਾਂ ਇਸ ਮਹਾਨ ਸ਼ਹਾਦਤ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਦਲਾਂ 'ਚੋਂ ਬਿਜਲੀ ਚਮਕੇ ਪਈ ਸੀ ਮਾਰ ਦੀ, ਬਦਲਾਂ 'ਚੋਂ ਬਿਜਲੀ ਚਮਕੇ ਪਈ ਸੀ ਮਾਰ ਦੀ, ਹੋਈ ਰੁਸ਼ਨਾਈ ਜਾਂ ਸੁਨਹਿਰੀ ਜਿਹੀ ਤਾੜ ਦੀ, ਹੋਈ ਰੁਸ਼ਨਾਈ ਜਾਂ ਸੁਨਹਿਰੀ ਜਿਹੀ ਤਾੜ ਦੀ, ਦਇਆ ਸਿੰਘ ਵੱਲੇ ਜਾਂ ਨਿਗਾਹ ਪਈ ਦਾ ਤਾੜ ਦੀ, ਦਇਆ ਸਿੰਘ ਵੱਲੇ ਜਾਂ ਨਿਗਾਹ ਪਈ ਦਾ ਤਾੜ ਦੀ, ਉਹ ਪੱਟਾਂ ਉੱਤੋਂ ਲਾਸ਼ ਲੈ ਕੇ ਬੈਠਾ ਸੀ ਜੁਝਾਰ ਦੀ, ਉਹ ਪੱਟਾਂ ਉੱਤੋਂ ਲਾਸ਼ ਲੈ ਕੇ ਬੈਠਾ ਸੀ ਜੁਝਾਰ ਦੀ, ਮੌਤ ਦੇ ਨਸ਼ੇ ਦੇ ਵਿੱਚ ਜ਼ਿੰਦਗੀ ਸੀ ਚੂਮਦੀ, ਮੌਤ ਦੇ ਨਸ਼ੇ ਦੇ ਵਿੱਚ ਜ਼ਿੰਦਗੀ ਸੀ ਚੂਮਦੀ, ਬੋਲੇ ਦਇਆ ਸਿੰਘ ਲਾਸ਼ ਤੱਕ ਕੇ ਮਸੂਮਦੀ, ਬੋਲੇ ਦਇਆ ਸਿੰਘ ਲਾਸ਼ ਤੱਕ ਕੇ ਮਸੂਮਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦੀ ਦਿਵਸ ਪੇ, ਸ਼ਹੀਦੀ ਗੁਰਪੁਰਬ ਪੇ ਨਤਮਸਤਕ ਹੋਣੇ ਆਇਆ ਹੂੰ ਔਰ ਅੱਜ ਕਾ ਦਿਨ ਬਹੁਤ ਮਹੱਤਵਪੂਰਨ ਹੈ, ਯਾਦ ਰੱਖਣੇ ਵਾਲਾ ਹੈ, ਕੈਸੇ ਨੇ ਧਰਮ ਕੀ ਰਕਸ਼ਾ ਕੇ ਲਈ, ਸੰਸਕ੍ਰਿਤੀ ਸੰਸਕਾਰ ਕੀ ਰਕਸ਼ਾ ਕੇ ਲਈ ਹਮਾਰੇ ਦਸਮ ਸਿੱਖ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕੇ ਸਾਹਿਬਜ਼ਾਦੋਂ ਨੇ ਕੈਸੇ ਸ਼ਹਾਦਤ ਦੀ, ਉਸਕੇ ਲਈ ਨਤਮਸਤਕ ਹੋਣੇ ਆਇਆ। ਸਰ, ਇੱਕ ਬਾਲ ਦਿਵਸ ਕੋ ਲੈ ਕੇ ਆਪਣੇ ਮੁਹਿੰਮ ਜੋ ਸ਼ੁਰੂ ਕੀ ਹੈ, ਕਿਆ ਉਸਕਾ ਰੁਖ ਰਹੇਗਾ? ਪੀਐਮ ਸੇ ਵੀ ਬਾਤ ਕੀਆ? ਜੀ ਹਾਂ, ਮੈਨੇ ਨਹੀਂ ਕੀਆ, ਮੈਂ ਕਹਿਣਾ ਚਾਹਤਾ ਹੂੰ, ਇਹ ਗੁਰੂ ਜੀ ਕੀ ਕਿਰਪਾ ਹੈ, ਮੇਰੇ ਮਨ ਮੇ ਐਸਾ ਧਿਆਨ ਆ ਗਿਆ, ਮੈਂ ਕੌਣ ਕਰਨੇ ਵਾਲਾ ਹੂੰ, ਔਰ ਉਹ ਗੁਰੂ ਕਿਰਪਾ ਸੇ ਹੀ, ਗੁਰੂ ਸਾਹਿਬ ਜੀ ਕੀ ਕਿਰਪਾ ਸੇ ਹੀ ਐਸਾ ਹੁਆ ਹੈ ਔਰ ਉਨਕੀ ਕਿਰਪਾ ਸੇ ਇਹ ਸਫਲ ਵੀ ਹੋਗਾ। ਮੈਂ ਅੱਜ ਦਾ ਜਿਹੜਾ ਸ਼ਹੀਦੀ ਦਿਹਾੜਾ ਹੈ ਛੋਟੇ ਸਾਹਿਬਜ਼ਾਦਿਆਂ ਦਾ, ਮਾਤਾ ਗੁਜਰ ਕੌਰ ਜੀ ਦਾ, ਜਿੱਥੇ ਇੱਥੇ ਨਤਮਸਤਕ ਹੋਣ ਪਹੁੰਚੀ ਹੈ ਦੁਨੀਆ, ਮੈਂ ਸਮਝਦਾ ਕਿ ਐਸੀ ਇੱਕ ਅਲੌਕਿਕ ਸ਼ਹਾਦਤ ਜਿਹੜੀ ਕਦੀ ਦੁਨੀਆ 'ਚ ਨਾ ਕਦੀ ਪਹਿਲੇ ਹੋਈ ਹੈ ਨਾ ਕਦੀ ਹੋ ਸਕਦੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਾਰ ਸਾਹਿਬਜ਼ਾਦੇ ਆਪਣੇ ਇਸ ਪੰਥ ਲਈ ਵਾਰੇ ਔਰ ਇਸ ਪੰਥ ਦੀ ਅੱਜ ਚੜ੍ਹਦੀ ਕਲਾ ਸਿਰਫ ਉਹ ਸ਼ਹਾਦਤਾਂ ਕਰਕੇ ਜਿਹੜੇ ਸਾਡੇ ਸਿੰਘਾਂ ਨੇ, ਸਾਹਿਬਜ਼ਾਦਿਆਂ ਨੇ ਔਰ ਗੁਰੂ ਮਹਾਰਾਜ ਨੇ, ਗੁਰੂ ਤੇਗ ਬਹਾਦਰ ਸਾਹਿਬ ਨੇ ਜਿੱਥੋਂ ਪੰਥ ਸ਼ੁਰੂ ਕੀਤਾ ਸ਼ਹਾਦਤ ਦਾ ਜਿਹੜਾ ਦੌਰ ਸ਼ੁਰੂ ਹੋਇਆ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਟਾਈਮ ਤੋਂ, ਮੈਂ ਸਮਝਦਾ ਵਾਂ ਕਿ ਜੋ ਸ਼ਹਾਦਤਾਂ ਦੇ ਨਾਲ ਜਿੰਨੀ ਸਾਡੀ ਨੀਂਹ ਮਜ਼ਬੂਤ ਹੋਈ ਹੈ ਔਰ ਅੱਜ ਖਾਲਸਾ ਪੰਥ ਤਾਂ ਹੀ ਚੜ੍ਹਦੀ ਕਲਾ ਦੇ ਵਿੱਚ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦਿਆਂ ਦੇ ਬਾਰੇ ਕਹੀਏ ਤਾਂ ਮੈਂ ਸਮਝਦਾ ਕਿ ਲਫ਼ਜ਼ ਨਹੀਂ ਨੇ ਕਿ ਉਹਨਾਂ ਦੀ ਸ਼ਹਾਦਤ ਬਾਰੇ, ਕਿੱਥੇ 4 ਸਾਲ ਦਾ ਬੱਚਾ, 9 ਸਾਲ ਦਾ ਬੱਚਾ, 13 ਸਾਲ ਦਾ ਹੀ, 15 ਸਾਲ ਦੀ ਸ਼ਹਾਦਤਾਂ ਦੇਣੀਆਂ, ਖੁਦ ਆਪ ਅੱਗੇ ਵੱਧ ਕੇ ਕਿ ਮੈਂ ਸਾਨੂੰ ਸ਼ਹਾਦਤ ਦਾ ਜਾਮ ਪੀਣਾ ਔਰ ਗੁਰੂ ਮਹਾਰਾਜ ਨੇ ਹੌਸਲਾ ਰੱਖਦੇ ਹੋਏ ਆਪਣੇ ਬੱਚਿਆਂ ਨੂੰ ਇਹ ਜਿਹੜੀ ਸ਼ਹਾਦਤ ਦਿੱਤੀ। ਇਹ ਵਾਕਈ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤੇ ਸੀ ਜਿਨ੍ਹਾਂ ਨੇ ਹਿੰਦ ਦੀ ਚਾਦਰ ਬਣ ਕੇ, ਮੈਂ ਸਮਝਦਾ ਕਿ ਪੂਰੀ ਸ੍ਰਿਸ਼ਟੀ ਦੀ ਚਾਦਰ ਬਣ ਕੇ, ਜਿੱਥੇ ਉਹਨਾਂ ਨੇ ਇਸ ਅੱਜ ਧਰਮ ਨੂੰ ਬਚਾਉਣ ਦੀ ਖਾਤਰ ਆਪਣੀ ਕੁਰਬਾਨੀਆਂ ਦਿੱਤੀਆਂ, ਸਾਰਾ ਸਰਬੰਧ ਅੱਜ ਸਾਰੀਆਂ ਸੰਗਤਾਂ ਇੱਥੇ ਨਤਮਸਤਕ ਹੋਈਆਂ ਆਈਆਂ। ਅਕੀਦਾ ਭੇਟ ਕਰੀਏ ਹੁਣ ਚਾਰੋਂ ਸਾਹਿਬਜ਼ਾਦਿਆਂ ਨੂੰ, ਮਾਤਾ ਗੁਜਰੀ ਜੀ ਨੂੰ, ਮੈਂ ਗੁਰੂ ਚਰਨਾਂ 'ਚ ਅਰਦਾਸ ਕਰਦਾ ਮਹਾਰਾਜ ਇਹਨਾਂ ਨੂੰ ਅੱਗੇ ਦਿਨ ਦੁਗਣੀ ਰਾਤ ਚੁਗਣੀ ਤਰੱਕੀਆਂ ਬਖਸ਼ਣ, ਗੁਰੂ ਘਰ ਦੇ ਨਾਲ ਜੋੜੀ ਰੱਖਣ ਔਰ ਖਾਲਸਾ ਪੰਥ ਇਸੀ ਤਰੀਕੇ ਨਾਲ ਚੜ੍ਹਦੀ ਕਲਾ ਦੇ ਵਿੱਚ ਰਹੇ।